ਹਾਂਜੀ, ਸਤਿ ਸ਼੍ਰੀ ਅਕਾਲ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ 'ਤੇ। ਅਤੇ ਅੱਜ ਆਪਾਂ ਜਿੱਥੇ ਪਹੁੰਚੇ ਹਾਂ ਇਹ ਹੈਗੀਆਂ ਤੀਆਂ ਦਾ ਪ੍ਰੋਗਰਾਮ ਸੀ ਪੈਲਸ ਦੇ ਵਿੱਚ। ਮੈਂ ਪਹਿਲੀ ਵਾਰ ਪੈਲਸ ਦੇ ਵਿੱਚ ਤੀਆਂ ਦੇਖਣ ਆਈ ਸੀ। ਅਤੇ ਸਭ ਤੋਂ ਇੰਟਰਸਟਿੰਗ ਗੱਲ ਇੱਥੇ ਇਹ ਹੈ ਵੀ ਮੈਂ ਇਹਨਾਂ ਤੀਆਂ ਦੇ ਜਿਹੜੇ ਪ੍ਰੋਗਰਾਮ ਦੇ ਵਿੱਚ ਮੈਂ ਇਕੱਲੀ ਆਈ ਹਾਂ ਬਿਲਕੁਲ। ਇਹ ਸਾਡੇ ਸਾਰੇ ਟੀਚਰਸ ਨੇ ਰਲ ਮਿਲ ਕੇ ਇੱਕ ਪ੍ਰੋਗਰਾਮ ਜਿਹੜਾ ਔਰਗਨਾਈਜ਼ ਕੀਤਾ ਸੀ। ਅਤੇ ਇੱਥੇ ਮੈਂ ਇਹੀ ਦੱਸ ਰਹੀ ਸੀ ਵੀ ਮੈਂ ਇਕੱਲੀ ਆਈ ਹਾਂ ਅਤੇ ਮੈਂ ਬੈਠੀ ਹੋਈ ਹਾਂ, ਸਾਹਮਣੇ ਪਰਫੋਰਮੈਂਸ ਚੱਲ ਰਹੀਆਂ ਸੀ, ਹਜੇ ਐਂਟਰੀ ਲਈ ਸੀ। ਇਹ ਮੈਂ ਆਸੇ ਪਾਸੇ ਦਾ ਦ੍ਰਿਸ਼ ਤੁਹਾਨੂੰ ਦਿਖਾ ਰਹੀ ਹਾਂ ਵੀ ਕਿੰਨੀ ਚਹਿਲ ਪਹਿਲ ਸੀ। ਮੈਨੂੰ ਲੱਗਦਾ ਸੀ ਵੀ ਇਕੱਲਾ ਬੰਦਾ ਇੰਜੋਏ ਨਹੀਂ ਕਰ ਸਕਦਾ, ਪਰ ਦੇਖਿਓ ਐਂਡ ਤੱਕ ਕੀ ਹੁੰਦਾ। ਸਭ ਤੋਂ ਸੋਹਣੀ ਮੈਨੂੰ ਇਹਨਾਂ ਦੋਵਾਂ ਮਾਵਾਂ ਧੀਆਂ ਦੀ ਪਰਫੋਰਮੈਂਸ ਲੱਗੀ। ਅਤੇ ਬਹੁਤ ਮਤਲਬ ਲੇਡੀਜ਼ ਆਪਣਾ ਪੂਰਾ ਚਾਅ ਕੱਢ ਰਹੀਆਂ ਸੀ ਪੈਲਸ ਦੇ ਵਿੱਚ, ਇੱਕ ਤੋਂ ਇੱਕ ਚੜ੍ਹ ਕੇ ਸਭ ਤੋਂ ਸੋਹਣੀਆਂ ਲੱਗ ਰਹੀਆਂ ਸੀ ਸਾਰੇ ਜੋ ਵੀ ਸਾਡੀਆਂ ਲੇਡੀਜ਼ ਸੀ। ਅਤੇ ਵਧੀਆ ਗੱਲ ਇਹ ਸੀ ਵੀ ਇੱਥੇ ਮੇਰੇ ਤੋਂ ਤਕਰੀਬਨ ਸਾਰੇ ਬਹੁਤ ਵੱਡੀ ਏਜ ਦੇ ਸੀਗੇ, ਜਿਸ ਕਰਕੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਅਤੇ ਮੈਂ ਖੂਬ ਇੰਜੋਏ ਕੀਤਾ। ਦੇਖੋ ਇੱਧਰ ਵੀ ਅਨਨੋਨ ਬੰਦਿਆਂ ਦੇ ਨਾਲ ਵੀ ਕਿੰਨੀ ਫੁੱਲ ਇੰਜੋਏ ਕੀਤਾ ਜਾ ਸਕਦਾ, ਨੱਚਿਆ ਜਾ ਸਕਦਾ। ਅਤੇ ਇਹਨਾਂ ਨੂੰ ਮੈਂ ਪਹਿਲੀ ਵਾਰ ਮਿਲੀ ਸੀ, ਪਰ ਫਿਰ ਵੀ ਇੰਨਾ ਵਧੀਆ ਰਿਸਪੋਂਸ, ਇੰਨੀ ਚੰਗੀ ਬੋਂਡਿੰਗ ਜਿਹੜੀ ਬਣ ਗਈ ਉੱਥੇ, ਅਤੇ ਬਹੁਤ ਚੰਗਾ ਲੱਗਿਆ ਮੈਨੂੰ। ਦੇਖੋ ਐਕਸਪ੍ਰੈਸ਼ਨ ਚੈੱਕ ਕਰੋ ਤੁਸੀਂ, ਖੂਬ ਸਾਰਾ ਅਸੀਂ ਡਾਂਸ ਕੀਤਾ। ਮੈਨੂੰ ਲੱਗਦਾ ਵੀ ਤੀਆਂ ਦੇ ਵਿੱਚ ਜਿਹੜੀਆਂ ਲੇਡੀਜ਼ ਨੇ ਸਭ ਤੋਂ ਵੱਧ ਆਪਦੇ ਵਿਚਾਰੀਆਂ ਹੁਲਾਸ ਕੱਢਦੀਆਂ ਨੇ, ਹੈ ਨਾ, ਬਲਬਲੇ ਘਰਾਂ ਦੇ ਕੰਮਾਂ ਕਾਰਾਂ ਤੋਂ ਬਿਲਕੁਲ ਐਨ ਟੈਨਸ਼ਨ ਫਰੀ ਹੋ ਕੇ, ਅਤੇ ਇਹ ਝੂਮ ਰਹੀਆਂ ਸੀ, ਨੱਚ ਰਹੀਆਂ ਸੀ। ਘੱਟੋ ਘੱਟ 300-350 ਲੇਡੀਜ਼ ਦਾ ਇੱਥੇ ਇਕੱਠ ਸੀ। ਅਤੇ ਇਸ ਤੋਂ ਅੱਗੇ ਛੋਟੇ ਬੱਚਿਆਂ ਦੇ ਵੀ ਇੱਕ ਤਰ੍ਹਾਂ ਦਾ ਕੰਪੀਟੀਸ਼ਨ ਕਰਵਾਇਆ ਗਿਆ, ਜਿੱਥੇ ਉਹਨਾਂ ਨੂੰ ਦੇਖਿਆ ਗਿਆ ਕਿ ਬੱਚੇ ਵੀ ਸਾਡੇ ਪੰਜਾਬੀ ਕਲਚਰ ਨਾਲ ਜੁੜੇ ਹੋਏ ਨੇ ਕਿ ਨਹੀਂ ਜੁੜੇ ਹੋਏ। ਇਹ ਦੇਖੋ ਛੋਟੇ ਬੱਚਿਆਂ ਦੀ ਪਰਫੋਰਮੈਂਸ ਦੇਖੋ ਤੁਸੀਂ, ਇੱਦਾਂ ਬੱਚਿਆਂ ਨੇ ਵੀ ਜਾਣੀ ਖੂਬ ਇੰਜੋਏ ਕੀਤਾ। ਇਹ ਮਦਰਸ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਈਆਂ ਸੀ। ਹੁਣ ਆ ਗਈ ਲੰਚ ਦੀ ਵਾਰੀ। ਲੰਚ ਦੇ ਵਿੱਚ ਮੈਂ ਮਤਲਬ ਪਹਿਲੀ ਵਾਰ ਇਕੱਲੀ ਨੇ ਖਾਣਾ ਖਾਧਾ, ਅਤੇ ਯਕੀਨ ਮੰਨਿਓ ਮੈਨੂੰ ਇੰਨਾ ਮਜ਼ਾ ਆਇਆ ਨਾ, ਅਤੇ ਰੋਟੀ, ਮਿੱਸੀ ਰੋਟੀ ਨਾਲ ਸਬਜ਼ੀ, ਰਾਇਤਾ, ਬਹੁਤ ਕੁਛ ਸੀ ਖਾਣ ਨੂੰ, ਪਰ ਰੋਟੀ ਦੇ ਬਿਨਾਂ ਆਪਣਾ ਪੇਟ ਨਹੀਂ ਭਰਦਾ। ਫਿਰ ਸਾਹਮਣੇ ਜਿਹੜੀ ਤੁਸੀਂ ਪਰਫੋਰਮੈਂਸ ਦੇਖ ਰਹੇ ਹੋ ਇਹ ਮੈਡਮ ਸੀ, ਜਿਨ੍ਹਾਂ ਨੇ ਮਿਰਜ਼ਾ ਬਹੁਤ ਸੋਹਣਾ ਗਾਇਆ, ਅਤੇ ਲਓ ਤੁਸੀਂ ਆਨੰਦ ਲਓ ਇਹਨਾਂ ਦੇ ਗਾਏ ਹੋਏ ਮਿਰਜ਼ੇ ਦਾ। ਵਧੀਆ ਰਹੇਗਾ ਹਲਵਾ।
Time is barely on our side. I don't wanna waste what's left. The storms we chase are leading.